ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਸ਼ਹੀਦ ਵਿੰਗ ਕਮਾਂਡਰ ਪਾਇਲਟ ਅਵਿਨਾਸ਼ ਗਾਰਡ ਗਿੱਲ ਦੀ ਸ਼ਹੀਦੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਬਣਾਈ ਗਈ ਯਾਦਗਾਰ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਵਿੰਗ ਕਮਾਂਡਰ ਪਾਇਲਟ ਅਵਿਨਾਸ਼ ਗਾਰਡ ਗਿੱਲ ਜੀ ਨੂੰ ਪਿੰਡ ਵਾਸੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ, ਬੱਚਿਆਂ ਨੂੰ ਪੜ੍ਹਨ ਦਾ ਸਮਾਨ ਅਤੇ ਮੁਹਤਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਹੀਦ ਵਿੰਗ ਕਮਾਂਡਰ ਪਾਇਲਟ ਅਵਿਨਾਸ਼ ਗਾਰਡ ਗਿੱਲ ਜਦੋਂ 8 ਜੂਨ 1982 ਨੂੰ ਜਹਾਜ਼ ਉਡਾ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਜਹਾਜ਼ ਨੂੰ ਅੱਗ ਲੱਗ ਗਈ। ਉਹਨਾਂ ਦੱਸਿਆ ਕਿ ਉਹਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਹਾਜ਼ ਨੂੰ ਪਿੰਡ ਕਿਤਨਾ ਤੇ ਆਬਾਦੀ ਦੇ ਬਾਹਰਲੇ ਪਾਸੇ ਸੁੱਟਿਆ, ਜਿਸ ਦੇ ਕਾਰਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਕੀਮਤੀ ਜਾਨਾਂ ਬਚਾਉਣ ਵਿੱਚ ਕਾਮਯਾਬ ਹੋ ਗਏ। ਉਹਨਾਂ ਦੱਸਿਆ ਕਿ ਸ਼ਹੀਦ ਵਿੰਗ ਕਮਾਂਡਰ ਅਵਿਨਾਸ਼ ਗਾਰਡ ਗਿੱਲ ਦੀ ਕੁਰਬਾਨੀ ਨੂੰ ਯਾਦ ਕਰਕੇ ਅੱਜ ਵੀ ਪਿੰਡ ਵਾਸੀ ਮਾਣ ਮਹਿਸੂਸ ਕਰਦੇ ਨੇ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤੰਗੜ ਦੀ ਰਿਪੋਰਟ। ਅੱਜ ਅਸੀਂ ਜੋ ਇਹ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਅਵਿਨਾਸ਼ ਗਾਰਡ ਗਿੱਲ ਦਾ ਨਗਰ ਨਿਵਾਸੀ ਵਾਲਾ, ਅਸੀਂ ਉਹਨਾਂ ਦੀ ਬਹੁਤ ਦਿਲ ਤੋਂ ਗਰਾਹੀਓਂ ਧੰਨਵਾਦ ਕਰਦੇ ਜਿਹਨੇ ਸਾਡੇ ਨਗਰ ਨੂੰ ਬਚਾਇਆ। ਉਹ ਸ਼ਹੀਦ ਸਾਡੇ ਇਸ ਇਲਾਕੇ ਲਈ ਹੋ ਗਏ, ਜਿਹੜਾ ਕਿ ਅਸੀਂ ਉਹਨਾਂ ਦਾ ਬਹੁਤ ਹੀ ਰਿਣੀ ਹਾਂ ਔਰ ਬਹੁਤ ਧੰਨਵਾਦ ਹੈ ਅਵਿਨਾਸ਼ ਗਿੱਲ ਦਾ। ਅਸੀਂ ਹਰ ਸਾਲ 8 ਜੂਨ ਇੱਦਾਂ ਹੀ ਉਹਨਾਂ ਦਾ ਦਿਨ ਬੜੀ ਸ਼ਰਧਾ ਪੂਰਵਕ ਸਾਰੇ ਨਗਰ ਮਨਾਉਂਦੇ ਹਾਂ ਔਰ 8 ਜੂਨ 1982 ਨੂੰ ਇਹ ਜਹਾਜ਼ ਲਗਭਗ 11 ਵਜੇ ਦੇ ਕਰੀਬ ਡਿੱਗਿਆ। ਅਸੀਂ ਉਸ ਵੇਲੇ ਮੈਂ ਵੀ 5ਵੀਂ ਜਾਂ 6ਵੀਂ 'ਚ ਫਤਿਹਪੁਰ ਸਕੂਲੇ ਪੜ੍ਹਦਾ ਸੀ। ਬਹੁਤ ਜ਼ੋਰ ਨਾਲ ਧਮਾਕਾ ਹੋਇਆ, ਪਹਿਲਾਂ ਤਾਂ ਇਹਨੂੰ ਅੱਗ ਲੱਗੀ ਸੀ, ਉੱਪਰ ਸਮਾਨ ਦੇ ਉੱਡਦਾ ਰਿਹਾ ਕਾਫੀ ਚਿਰ। ਇਹ ਘੱਟੋ ਘੱਟ ਵੀ 1.5 ਘੰਟਾ ਲੈ ਕੇ ਘੁੰਮਦੇ ਰਹੇ, ਕਦੇ ਇੱਧਰ ਪਦਰਾਣੇ ਚਲ ਗਏ, ਕਦੇ ਇੱਧਰੋਂ ਚਲ ਗਏ, ਕਦੇ ਨਹਿਰ 'ਚ ਤਾਰਨ ਦੀ ਕੋਸ਼ਿਸ਼ ਕੀਤੀ ਪਰ ਕਿਤੇ ਇਹਨਾਂ ਦਾ ਨਹੀਂ ਸੂਤ ਲੱਗਾ। ਫਿਰ ਇਹ ਇੱਧਰ ਨੂੰ ਲਿਆ ਕੇ ਪਦਰਾਣੇ ਵੱਲੋਂ, ਫਿਰ ਇੱਧਰ ਨੂੰ ਪੱਦੀ ਦੇ ਰਾਹ 'ਚੋਂ ਲਿਆ ਕੇ, ਨਹੀਂ ਕਿਹਾ ਫਿਰ ਪਿੰਡਾਂ ਨੂੰ ਸਿੱਧਾ ਹੋ ਗਿਆ, ਫਿਰ ਇਸ ਜਗ੍ਹਾ 'ਤੇ ਲਿਆ ਕੇ ਨਹੀਂ ਇਹਨੂੰ ਸਿੱਟਿਆ ਜਹਾਜ਼ ਨੂੰ। ਜਦੋਂ ਅਸੀਂ ਵੀ ਉੱਥੋਂ ਦੌੜੇ ਦੌੜੇ ਸਕੂਲੋਂ ਆਏ, ਦੇਖਦੇ ਰਹੇ ਵੀ ਇੱਥੇ ਡਿੱਗਿਆ, ਇੱਥੇ ਡਿੱਗਿਆ, ਡਿੱਗਿਆ ਤਾਂ ਇੱਥੇ ਅੱਗੇ ਡਿੱਗਿਆ ਅਤੇ ਕਾਫੀ ਧੂੰਆਂ, ਬੇਸ਼ੁਮਾਰ ਧੂੰਆਂ ਸੀ, ਜਾਂ ਕੁਛ ਦਿਸ ਨਹੀਂ ਰਿਹਾ ਸੀ। ਕਾਫੀ ਜਦੋਂ ਜਦੋਂ ਬਾਅਦ ਉਹ ਧੂੰਏ ਨੂੰ ਸ਼ਾਂਤ ਕਰਕੇ ਫਿਰ ਇਹਨਾਂ ਦੀ ਡੈੱਡ ਬੋਡੀ ਦੇਖੀ ਗਈ ਆ ਅਤੇ ਘਾਹ ਵਾਲ ਜੇ ਦਿੰਦੇ ਸੀ ਇਹਨਾਂ ਦੇ। ਅੱਜ ਅਸੀਂ ਜੋ ਦਿਹਾੜਾ ਸ਼ਹੀਦ ਅਵਿਨਾਸ਼ ਗਾਰਡ ਗਿੱਲ ਜੀ ਦਾ ਮਨਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਾਡਾ ਪਿੰਡ ਕਿਤਨਾ ਬਜਾਇਆ। ਅਸੀਂ ਸ਼੍ਰੀ ਅਵਿਨਾਸ਼ ਗਾਰਡ ਗਿੱਲ ਦੇ ਬਹੁਤ ਰਿਣੀ ਹਾਂ, ਬਹੁਤ ਅਸੀਂ ਸਲੂਟ ਕਰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਆਲੇ ਦੁਆਲੇ ਦੇ ਨਗਰਾਂ ਦੀ ਪਰਵਾਹ ਦੂਜੀ ਵੀ ਨਹੀਂ ਕੀਤੀ। ਜਹਾਜ਼ ਨੂੰ ਅੱਗ ਲੱਗੀ ਹੋਈ ਸੀ, ਏਅਰਫੋਰਸ ਦੇ ਵਿੱਚ ਇਹ ਭਰਤੀ ਹੋਏ। 8 ਜੂਨ 1982 ਨੂੰ ਇਹ ਸ਼ਹੀਦ ਹੋਏ। ਗਾਰਡਨ ਸਾਹਿਬ ਨੇ ਅੱਗ ਲੱਗਣ ਦੇ ਮਲਬੇ ਨਾਲ ਹੀ ਸਾਡੇ ਪਿੰਡ ਨੂੰ ਆਪਣੀ ਜਾਨ ਦੇ ਕੇ ਬਚਾਇਆ। ਅਸੀਂ ਸਲੂਟ ਕਰਦੇ ਹਾਂ, ਨਮਨ ਕਰਦੇ ਹਾਂ ਉਸ ਸ਼ਹੀਦ ਨੂੰ ਜਿਨ੍ਹਾਂ ਨੇ ਸਾਡੇ ਨਗਰ ਦੀ ਪੂਰੀ ਤਰ੍ਹਾਂ ਜਾਨ ਬਚਾਈ। ਜਹਾਜ਼ ਕਿਤੇ ਵੀ ਡਿੱਗ ਸਕਦਾ ਸੀ, ਜੇਕਰ ਜਹਾਜ਼ ਪਿੰਡ ਵਿੱਚ ਡਿੱਗਦਾ ਤਾਂ ਬਹੁਤ ਨੁਕਸਾਨ ਹੋਣਾ ਸੀ। ਸੋ ਅਸੀਂ, ਮੈਂ ਫਿਰ ਸ਼ਹੀਦ ਅਵਿਨਾਸ਼ ਗਾਰਡ ਗਿੱਲ ਨੂੰ ਯਾਦ ਕਰਦਾ ਹਾਂ ਅਤੇ ਸਲੂਟ ਕਰਦਾ ਹਾਂ। ਅੱਜ ਅਸੀਂ ਉਹਨਾਂ ਨੂੰ 8 ਜੂਨ ਨੂੰ ਮਨਾਉਂਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜੋ ਕਿ ਹਰ ਸਾਲ ਮਨਾਇਆ ਜਾਂਦਾ ਹੈ ਨਗਰ ਨਿਵਾਸੀਆਂ ਨੂੰ ਅਤੇ ਨੌਜਵਾਨਾਂ ਨੂੰ ਬੜਾ ਉਤਸ਼ਾਹ ਹੈ ਕਿ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰੀਏ। ਅਸੀਂ ਉਸ ਪਰਿਵਾਰ ਨੂੰ, ਸ਼ਹੀਦ ਦੇ ਪਰਿਵਾਰ ਨੂੰ ਯਾਦ ਕਰਦੇ ਹਾਂ, ਜਿਹੜੇ ਸਰਕਾਰ ਵੱਲੋਂ ਸ਼ਹੀਦ ਦੇ ਨਾਂ ਉੱਪਰ ਕੋਈ ਚੀਜ਼ ਨਹੀਂ ਉਸਾਰੀ ਗਈ।